ਇੱਕ ਸਰਪੰਚ ਦੇ ਵੱਲੋਂ ਆਪਣੇ ਹੀ ਸ਼ਰੀਕਾਂ ਦੇ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਕਾਰਨ ਕਿਹਾ ਜਾ ਰਿਹਾ ਹੈ ਕਿ ਪਰਿਵਾਰ ਦੇ ਕਈ ਮੈਂਬਰ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਹਾਲਾਂਕਿ ਇੱਕ ਸਰਪੰਚ ਦੇ ਉੱਤੇ ਹੁਣ ਅਜਿਹੇ ਇਲਜ਼ਾਮ ਜੋ ਨੇ ਉਹ ਇੱਕ ਕਿਸਾਨ ਪਰਿਵਾਰ ਦੇ ਵੱਲੋਂ ਲਗਾਏ ਗਏ ਨੇ, ਜਿਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਸ਼ਰੀਕੇ ਦੇ ਵਿੱਚੋਂ ਹੀ ਇਹ ਸਰਪੰਚ ਹੈ ਤੇ ਹੁਣ ਉਸਦੇ ਵੱਲੋਂ ਆਪਣੀ ਪੁਰਾਣੀ ਕਿੜ ਕੱਢੀ ਜਾ ਰਹੀ ਹੈ। ਦਰਅਸਲ ਲੜਾਈ ਦੀ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਉਸਨੇ ਰਾਸਤੇ ਦੇ ਵਿੱਚ ਹੀ ਉਹਨਾਂ ਦੇ ਕਾਰ ਖੜੀ ਕਰ ਦਿੱਤੀ, ਪਰ ਜਦੋਂ ਉਹਨਾਂ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਤਾਂ ਜੋ ਔਰਤ ਉਹਨਾਂ ਨੂੰ ਸ਼ਿਕਾਇਤ ਕਰਨ ਦੇ ਲਈ ਗਈ ਸੀ ਤਾਂ ਉਸਦੇ ਨਾਲ ਪਹਿਲਾਂ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰ ਜੋ ਸੀ ਉਹ ਵੀ ਮੌਕੇ ਦੇ ਉੱਤੇ ਪਹੁੰਚਦੇ ਨੇ ਤਾਂ ਉਹਨਾਂ ਦੇ ਨਾਲ ਵੀ ਸਰਪੰਚ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ, ਔਰਤਾਂ ਦੇ ਵੀ ਲਾਠੀ ਡੰਡੇ ਬਰਸਾਏ ਜਾਂਦੇ ਨੇ। ਹਾਲਾਂਕਿ ਜੋ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਉਸਦਾ ਕਹਿਣਾ ਕਿ ਉਹ ਆਪਣੇ ਪਰਿਵਾਰ ਦਾ ਇਕਲੌਤਾ ਪੁੱਤ ਹੈ, ਪਰ ਫਿਰ ਵੀ ਜੋ ਉਹਨਾਂ ਦੇ ਸ਼ਰੀਕੇ ਦੇ ਵਿੱਚੋਂ ਇਹ ਸਰਪੰਚ ਬਣਿਆ ਉਸਦੇ ਵੱਲੋਂ ਆਏ ਦਿਨ ਲੜਾਈ ਦੀ ਕੋਈ ਨਾ ਕੋਈ ਨਵੀਂ ਵਜ੍ਹਾ ਕੱਢ ਲਈ ਜਾਂਦੀ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਤਾਂ ਦੱਸ ਦਈਏ ਕਿ ਉਸਦਾ ਕਹਿਣਾ ਹੈ ਕਿ ਅਕਸਰ ਹੀ ਉਹਨਾਂ ਦੇ ਰਾਸਤੇ ਦੇ ਵਿੱਚ ਕਦੇ ਟਰੈਕਟਰ ਤਾਂ ਕਦੇ ਗੱਡੀ ਸਰਪੰਚ ਦੇ ਵੱਲੋਂ ਖੜੀ ਕਰ ਦਿੱਤੀ ਜਾਂਦੀ ਹੈ, ਜਿਸ ਦੇ ਕਾਰਨ ਲੜਾਈ ਅਕਸਰ ਹੁੰਦੀ ਰਹਿੰਦੀ ਸੀ, ਪਰ ਹੁਣ ਉਹਨਾਂ ਦੇ ਵੱਲੋਂ ਲਾਠੀ ਡੰਡਿਆਂ ਦੇ ਨਾਲ ਹਮਲਾ ਕਰ ਦਿੱਤਾ। ਹਾਲਾਂਕਿ ਹਸਪਤਾਲ ਦੇ ਵਿੱਚ ਇਲਾਜ ਅਧੀਨ ਪਏ ਜੋ ਵਿਅਕਤੀ ਨੇ ਉਹਨਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਗੁਹਾਰ ਲਗਾਈ ਹੈ। ये खेत में मेरी बहन काम करके घर पे जा रही थी, हाँ, तो उन्होंने रास्ते में गाड़ी खड़ी कर दी रही है, बोलने गई तो सब लोग इसको मारने गए, तो मैंने आवाज़ सुनी, मैं भी गया तो मुझे भी मारा। हाँ, किसने मारा? ये यादवराव घोर से, देवेंद्र घोर से, सद्या घोर से, कुरकुस घोर से, गोलू घोर से, किशन घोर से। ये गांव के कौन लगते हैं, कब से चल रहे थे विवाद? ये हमारे परिवार के हैं। ये 8 साल से चल रहा है, ना वो हमको रास्ता दे रहा है ना हमको जाने दे रहा है, किसी भी तरह कोई भी थाने में रिपोर्ट ले। हाँ, हम मैं परिवार का अकेला हूँ। अच्छा, कैसे मारा? मेरे को सब बल से और राग से। हाँ, आपके सिस्टर को कैसे मारा? सब बल से। हाँ, गाँव के कौन लगते हैं जिसने मारा? सरपंच, सरपंच का पूरा परिवार है। मतलब कि समथिंग कितने, 6 लोग ने मारा? नहीं, वो 10-12 लोग हैं। 10-12 लोग, 20-25 है समझ लो, 25 लोग। हाँ, 20-25 लोग। नाम दो, तीन जना? पूरा परिवार है 3 जनों का। रास्ते को लेकर हुआ विवाद? कब से? 8-1 साल से चल रहा है। 8 साल से।